ਖਹਿਰਾ ਸਾਹਿਬ ਨੂੰ ਤਾਂ ਵੈਸੇ ਮੈਨੂੰ ਲੱਗਦਾ ਕੋਈ ਅਰਵਿੰਦ ਜੀ ਤੋਂ ਕੋਈ ਨਫ਼ਰਤ ਹੋ ਗਈ। ਖਹਿਰਾ ਸਾਹਿਬ ਕਿਤੇ ਨਾ ਕਿਤੇ ਹੋਰ ਖੇਡ ਰਹੇ ਇੱਥੋਂ ਲੱਗਦਾ ਉਹਨਾਂ ਦੇ ਗੱਲਾਂ ਤੋਂ ਵੀ ਖਹਿਰਾ ਸਾਹਿਬ ਪਾਰਟੀ ਡਿਫੈਂਡ ਨਹੀਂ ਕਰਦੇ, ਉਹ ਹਮੇਸ਼ਾ ਇਹ ਜਿਹੜੀ ਪਾਰਟੀ ਜਾਂਦੇ ਨੇ ਉਹਨੂੰ ਸਟੈਪ ਕਰਦੇ ਨੇ, ਉਹਦੇ 'ਚ ਛੁਰਾ ਮਾਰਦੇ ਨੇ। ਅਸੀਂ ਇਹਨਾਂ ਨਾਲ ਪੁਰਜ਼ੋਰ ਯਤਨ ਕੀਤੇ, ਹਰ ਕਿਸਮ ਦੀ ਯੂਨਿਟੀ ਦੇ ਐਫਰਟਸ ਕੀਤੇ, ਲੇਕਿਨ ਇਹ ਸਾਡੇ ਉੱਪਰ ਇਹਨਾਂ ਨੇ ਦਰਵਾਜ਼ੇ ਬੰਦ ਕੀਤੇ ਨੇ। ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ 'ਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ। ਜਿੱਥੇ ਪਹਿਲਾਂ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਦੇ ਨਾਲ ਹੋਈ ਮੀਟਿੰਗ ਬੇਨਤੀਜਾ ਰਹੀ, ਉੱਥੇ ਚੰਡੀਗੜ੍ਹ ਪੁੱਜੇ ਅਰਵਿੰਦ ਕੇਜਰੀਵਾਲ ਤੇ ਸੁਖਪਾਲ ਖਹਿਰਾ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਨੂੰ ਹਰਿਆਣਾ ਦਿਵਸ ਤਾਂ ਯਾਦ ਰਿਹਾ ਪਰ ਉਹਨਾਂ ਨੂੰ ਪੰਜਾਬ ਦਿਵਸ ਤੇ ਪੰਜਾਬ ਦੇ ਮੁੱਦੇ ਯਾਦ ਨਹੀਂ ਰਹੇ। ਕੇਜਰੀਵਾਲ ਨੂੰ ਪੰਜਾਬ ਦੀ ਨਹੀਂ ਹਰਿਆਣਾ ਦੀ ਵੱਧ ਚਿੰਤਾ। ਖਹਿਰਾ ਦੇ ਇਹਨਾਂ ਇਲਜ਼ਾਮਾਂ ਤੇ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੁਖਪਾਲ ਖਹਿਰਾ ਤੇ ਤਿੱਖਾ ਹਮਲਾ ਕੀਤਾ। ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਅਰਵਿੰਦ ਕੇਜਰੀਵਾਲ ਦੇ ਨਾਲ ਨਫ਼ਰਤ ਕਰਦੇ ਨੇ। ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਦੀ ਆਦਤ ਬਣ ਚੁੱਕੀ ਹੈ ਕਿ ਜਿਸ ਥਾਲੀ 'ਚ ਉਹ ਖਾਂਦੇ ਨੇ ਉਸੇ ਵਿੱਚ ਛੇਕ ਕਰ ਦਿੰਦੇ ਨੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਇਸ ਬਾਰੇ ਕੋਈ ਫੈਸਲਾ ਕਰੇਗੀ। ਕਿਤੇ ਹੋਰ ਖੇਡ ਰਹੇ ਇੱਥੋਂ ਲੱਗਦਾ ਉਹਨਾਂ ਦੇ ਗੱਲਾਂ ਤੋਂ ਵੀ ਖਹਿਰਾ ਸਾਹਿਬ ਪਾਰਟੀ ਡਿਫੈਂਡ ਨਹੀਂ ਕਰਦੇ, ਉਹ ਹਮੇਸ਼ਾ ਇਹ ਜਿਹੜੀ ਪਾਰਟੀ ਜਾਂਦੇ ਨੇ ਉਹਨੂੰ ਸਟੈਪ ਕਰਦੇ ਨੇ, ਉਹਦੇ 'ਚ ਛੁਰਾ ਮਾਰਦੇ ਨੇ। ਚਾਹੇ ਉਹ ਕਾਂਗਰਸ ਪਾਰਟੀ 'ਚ ਰਹੇ ਨੇ ਉੱਥੇ ਵੀ ਉਹਨਾਂ ਨੂੰ ਛੁਰਾ ਮਾਰਿਆ ਗਿਆ, ਚਾਹੇ ਆਮ ਆਦਮੀ ਪਾਰਟੀ 'ਚ ਆਏ ਨੇ ਆਮ ਆਦਮੀ ਪਾਰਟੀ ਦੀ ਪਿੱਠ ਛੁਰਾ ਮਾਰ ਰਹੇ ਨੇ। ਇਹ ਖਹਿਰਾ ਸਾਹਿਬ ਦਾ ਸੁਭਾਅ ਬਣ ਗਿਆ, ਨੇਚਰ ਬਣ ਗਈ ਉਹਨਾਂ ਦੀ ਬਹੁਤ ਲੰਬੇ ਸਮੇਂ ਤੋਂ। ਦੇਖੋ ਖਹਿਰਾ ਸਾਹਿਬ ਦਾ ਇੱਕ ਮੈਂ ਕਹਿੰਦਾ ਵੀ ਇੱਕ ਵਤੀਰਾ ਹੁੰਦਾ ਮਨੁੱਖ ਦਾ, ਉਹਨਾਂ ਦਾ ਵਤੀਰਾ ਬਣ ਗਿਆ, ਜਿਹਦੇ ਘਰੇ ਉਹਨਾਂ ਨੇ ਖਾਣਾ ਗਾ ਉਹਦੀ ਜਿਹੜੀ ਥਾਲੀ ਉਹ 'ਚ ਛੇਕ ਕਰਦੇ ਨੇ ਉਹ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਖਹਿਰਾ ਤੇ ਲਾਏ ਇਲਜ਼ਾਮਾਂ ਬਾਰੇ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਨਾਲ ਹੀ ਉਹਨਾਂ ਸਾਫ਼ ਕੀਤਾ ਕਿ ਆਉਣ ਵਾਲੇ ਸਮੇਂ 'ਚ ਉਹ ਸੂਬੇ ਦੇ ਲੋਕਾਂ ਨੂੰ ਨਵਾਂ ਵਿਕਲਪ ਜ਼ਰੂਰ ਦੇਣਗੇ। ਮੈਂ ਉਹਨਾਂ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਉਹ ਜੋ ਕਹਿਣਾ ਚਾਹੁੰਦੇ ਨੇ ਜੋ ਕਹਿ ਦੇਣ। ਅਸੀਂ ਇਹਨਾਂ ਨਾਲ ਪੁਰਜ਼ੋਰ ਯਤਨ ਕੀਤੇ, ਹਰ ਕਿਸਮ ਦੀ ਯੂਨਿਟੀ ਦੇ ਐਫਰਟਸ ਕੀਤੇ, ਲੇਕਿਨ ਇਹ ਸਾਡੇ ਉੱਪਰ ਇਹਨਾਂ ਨੇ ਦਰਵਾਜ਼ੇ ਬੰਦ ਕੀਤੇ ਨੇ। 5 ਉਮੀਦਵਾਰ ਐਲਾਨ ਕੀਤੇ ਲੋਕ ਸਭਾ ਦੇ, ਜਦਕਿ ਹਲੇ 6 ਮਹੀਨੇ ਤੋਂ ਉੱਤੇ ਸਮਾਂ ਪਿਆ, ਕਿਸੇ ਪਾਰਟੀ ਨੇ ਦੇਸ਼ ਵਿੱਚ ਕੋਈ ਔਰ ਆਮ ਆਦਮੀ ਪਾਰਟੀ ਨੇ ਕਿਸੇ ਹੋਰ ਸੂਬੇ 'ਚ ਵੀ ਨਹੀਂ ਕੀਤੇ, ਇਕੱਲੇ ਪੰਜਾਬ 'ਚ, ਤਾਂ ਕਿ ਇਹਨਾਂ ਦੇ ਨਾਲ ਯੂਨਿਟੀ ਦੀ ਟੌਕਸ ਨੂੰ ਬਿਲਕੁਲ ਖਤਮ ਕੀਤਾ ਜਾਵੇ। ਸੋ ਉਹਨਾਂ ਦੀ ਮਰਜ਼ੀ ਆ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਦੇ ਰਵਾਂਗੇ ਔਰ ਪੰਜਾਬ ਦੇ ਵਿੱਚ ਲਾਈਕ ਮਾਈਂਡਡ ਅਤੇ ਲਾਈਕ ਮਾਈਂਡਡ ਇੰਡੀਵਿਜੁਅਲਸ ਐਂਡ ਲਾਈਕ ਮਾਈਂਡਡ ਪਾਰਟੀਜ਼ ਨਾਲ ਗੱਲ ਚਲਾ ਰਹੇ ਹਾਂ, ਐਂਡ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਨੂੰ ਡੈਫੀਨੇਟਲੀ ਇੱਕ ਅੱਛਾ ਸਾਫ਼ ਸੁਥਰਾ ਵਿਕਲਪ ਪੰਜਾਬ 'ਚ ਦੋਨਾਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਵਾਸਤੇ ਦੇਣ ਦਾ ਉਪਰਾਲਾ ਕਰਾਂਗੇ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ 'ਚ ਧੜੇਬੰਦੀ ਪੂਰੇ ਜ਼ੋਰਾਂ 'ਤੇ ਹੈ। ਦੂਜੇ ਪਾਸੇ ਪਾਰਟੀ ਦੇ ਆਗੂ ਇੱਕ ਦੂਜੇ 'ਤੇ ਇਲਜ਼ਾਮ ਲਗਾ ਰਹੇ ਨੇ। ਅਜਿਹੇ ਚੁਣੇ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਹਾਈਕਮਾਨ ਸੁਖਪਾਲ ਖਹਿਰਾ 'ਤੇ ਕੀ ਕਾਰਵਾਈ ਕਰਦੀ ਹੈ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਅਜਿਹਾ ਕੋਈ ਤਾਲਾ ਨਹੀਂ ਜੋ ਖੁੱਲ੍ਹੇ ਨਾ, ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਸਮਾਂ ਕਿਸੇ ਲਈ ਨਹੀਂ ਰੁਕਦਾ, ਇੰਤਜ਼ਾਰ ਕਰੋ। ਆਲ ਵਰਲਡ ਓਪਨ ਚੈਲੰਜ, ਨੀਰਜ ਸ਼ਾਸਤਰੀ ਜੀ। ਪਰੇਸ਼ਾਨੀ ਜਿਵੇਂ ਘਰ ਵਿੱਚ ਕਲੇਸ਼, ਪਤੀ ਪਤਨੀ 'ਚ ਅਣਬਣ, ਮਨਚਾਹਾ ਪਿਆਰ, ਜਾਦੂ ਟੋਣਾ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਬੁਰੇ ਸੁਪਨੇ ਆਉਣੇ, ਕੀਤਾ ਕਰਾਇਆ, ਕਾਲੇ ਜਾਦੂ ਦਾ ਖਾਤਮਾ, ਲਵ ਮੈਰਿਜ 100% ਗਰੰਟੀ ਦੇ ਨਾਲ ਸਮਾਧਾਨ। ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਫੋਨ ਜ਼ਰੂਰ ਕਰਨ, ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98725-21075, 9872521075।